ਸਾਂਝਾ ਪੰਜਾਬ ਟੀਵੀ ਦੀ ਰਿਪੋਰਟਰ ਮੁਸਕਾਨ ਇੱਥੇ ਅਸੀਂ ਹਰ ਪ੍ਰਕਾਰ ਦੀਆਂ ਖਬਰਾਂ ਲਗਾਈ ਦੀਆਂ ਹੈ ਵੱਡੀ ਤੋਂ ਵੱਡੀ ਅਤੇ ਛੋਟੀ ਦੀ ਛੋਟੀ ਇੱਥੇ ਅਸੀਂ ਸੱਚਾਈ ਦੀਆਂ ਖਬਰਾਂ ਲਗਾਈ ਦੀਆਂ ਸਰ ਜਿਵੇਂ ਕਿ ਕਈ ਗੱਡੀਆਂ ਨੂੰ ਬਾਹਰ ਲੱਗੇ ਹੈ ਲਾਈਨ ਤੋਂ ਬਾਹਰ ਜਿਹਦੇ ਕਰਕੇ ਟ੍ਰੈਫਿਕ ਇਕੱਠਾ ਜਾਮ ਹੋ ਰਿਹਾ ਜੇ ਮਾਰੇ ਕੀ ਕਰਾਂ ਚਾਹੀਦਾ ਜਿਵੇਂ ਪਿੰਡ ਦੋ ਚਾਰ ਫੁੱਟ ਵਾਸਤੇ ਕੋਈ ਦੁਕਾਨਦਾਰ ਕੋ ਆਪਣਾ ਸਮਾਨ ਲੈਣ ਵਾਸਤੇ ਆਉਂਦੇ ਆ ਸਮਾਨ ਲੈ ਕੇ ਚਲੇ ਜਾਂਦੇ ਆ ਜਿਹੜਾ ਦੋ ਮਿੰਟ ਕਹਿੰਦੇ ਆਪਣੇ ਦੋ ਚਾਰ ਫੁੱਟ ਸਮਾਨ ਲਾਓ ਤਾਂ ਆਪਾਂ ਕਰਾਂਗੇ ਜਿਹੜੀਆਂ ਸਰ ਰੋਂਗ ਸਾਈਡ ਤੋਂ ਗੱਡੀਆਂ ਆਈਆਂ ਨੇ ਦੁਕਾਨ ਕਿੱਥੇ ਜਾ ਰਹੀਆਂ ਆ ਜੀ ਬਿਲਕੁਲ ਚੱਲ ਜਾ ਰਹੇ ਜਿਹੜਾ ਹੈਗਾ ਦੁਕਾਨ ਕਿੱਥੇ ਜਾ ਰਿਹਾ ਮਗਰ ਜੇ ਪੀਲੀ ਲੈਣ ਤੋਂ ਗੱਡੀਆਂ ਬਾਹਰ ਰਹੀਆਂ ਹੈ ਉਹਨਾਂ ਗੱਡੀਆਂ ਲਾ ਕੇ ਛੱਡ ਕੇ ਚੱਲ ਜਾਂਦੀਆਂ ਅੱਧਾ ਅੱਧਾ ਘੰਟਾ ਉਹ ਗੱਡੀਆਂ ਚੁਕਾਈਆਂ ਨਹੀਂ ਜਾਂਦੀਆਂ ਉਹ ਗੱਡੀਆਂ ਬੋਂਡ ਕਿਉਂ ਨਹੀਂ ਹੁੰਦੀਆਂ ਦੋ ਚਾਰ ਮਿੰਟ ਦਸ ਮਿੰਟ ਦਸ ਮਿੰਟ ਦੇਖਦੇ ਆ ਉਹ ਤੋਂ ਬਾਅਦ ਗੱਡੀ ਵਾਪਸ ਲੈ ਕੇ ਚਲੇ ਜਾਂਦੇ ਹੋ ਜੇ ਕੋਈ ਜ਼ਿਆਦਾ ਟਾਈਮ ਲਾਉਣਗੇ ਫਿਰ ਚਲਾਨ ਕੱਟਿਆ ਜਾਊਗਾ ਇਹ ਜਿਵੇਂ ਵੱਡੀਆਂ ਗੱਡੀਆਂ ਲੱਗੀਆਂ ਦੁਕਾਨਦਾਰਾਂ ਨੇ ਲਾਈਆਂ ਇਹਨਾਂ ਨੂੰ ਕਿਉਂ ਨਹੀਂ ਕਿਹਾ ਜਾਂਦਾ ਕਿ ਆਪਣੀਆਂ ਗੱਡੀਆਂ ਬਾਹਰ ਲਾਓ ਇੱਥੇ ਰਸਤਾ ਰੁਕਦਾ ਹੈ ਇਹ ਕਿਹਾ ਜਾਂਦਾ ਜੇ ਤੇ ਜਿਵੇਂ ਐਸ ਪੀ ਸਰ ਆਏ ਸੀ ਸਰਦਾਰ ਜੀ ਜਾਂ ਐਸ ਪੀ ਮੈਡਮ ਆਈ ਉਹਨਾਂ ਨੇ ਕਿਹਾ ਸੀ ਗੱਡੀਆਂ ਮੈਂ ਜੇ ਸਮਾਨ ਮੇਰਾ ਅੰਦਰ ਰੱਖੋ ਉਦੋਂ ਵੀ ਚੁੱਕ ਕੇ ਗਏ ਸੀ ਮੈਡਮ ਕਹਿ ਕੇ ਗਈ ਸੀ ਠੀਕ ਜੀ ਥੈਂਕ ਯੂ ਸਲਾਹ ਦਿੰਦੇ ਕਿ ਆਪਣੀ ਆਪਣੀਆਂ ਗੱਡੀਆਂ ਸਿਰਫ ਲਾਈਨਾਂ ਦੇ ਅੰਦਰ ਲਾਉਣ ਤਾਂ ਕਿ ਜਿਸ ਕਰਕੇ ਟ੍ਰੈਫਿਕ ਨਾ ਜਾਮ